ਇਹ ਮਾਇਆ ਦਾ ਪ੍ਰਭਾਵ ਉਹ ਤੋਂ ਮੁਕਤ ਹੋਣ ਵਾਸਤੇ, ਸੰਤੁਸ਼ਟ ਹੋਣ ਵਾਸਤੇ, ਤ੍ਰਿਪਤ ਹੋਣ ਵਾਸਤੇ, ਬਚਣ ਵਾਸਤੇ ਗੁਰਦੁਆਰੇ ਜਾ ਰਿਹਾ। ਤਾਂ ਜੋ ਮਾਇਆ ਵਿਆਪੈ ਕਹਾਂ ਠਹਿਰਾਂਗੇ, ਜੇ ਉੱਥੇ ਵੀ ਮਾਇਆ ਵਾਪਰਨੀ ਹੈ ਫਿਰ ਆਪਾਂ ਕਿੱਥੇ ਜਾ ਕੇ ਠਹਿਰਾਂਗੇ, ਸਾਡਾ ਟਿਕਾਣਾ ਕਿਹੜਾ ਹੋਏਗਾ? ਕਿਉਂਕਿ ਸਾਡਾ ਕੇਂਦਰ ਘਰ ਵਾਸਤੇ ਵੀ, ਸਾਡੇ ਸਕੂਲਾਂ ਕਾਲਜਾਂ ਵਾਸਤੇ ਵੀ, ਸਾਡੀ ਜਨਰੇਸ਼ਨ ਵਾਸਤੇ ਵੀ, ਸਾਡੇ ਬੱਚਿਆਂ ਵਾਸਤੇ ਵੀ, ਉਹ ਕੇਵਲ ਤੇ ਕੇਵਲ ਇੱਕੋ ਹੀ ਕੇਂਦਰ ਹੈ, ਸਤ ਸੰਗਤ ਸਤਿਗੁਰ ਚਟਸਾਲ ਹੈ, ਜੇ ਤਿਉਹਾਰ ਗੁਰ ਸਿੱਖਾਂ। ਔਰ ਜਿੱਥੋਂ ਅੱਜ ਅਸੀਂ ਟੁੱਟਦੇ ਵੀ ਜਾ ਰਹੇ ਹਾਂ, ਵੀਰ ਜੀ ਮੀਡੀਆ ਦੀ ਗੱਲ ਕਰਕੇ ਗਏ, ਮੀਡੀਆ ਬਹੁਤ ਲਾਭਦਾਇਕ ਹੈ, ਲੇਕਿਨ ਅੱਜ ਮੀਡੀਆ ਨੇ ਸਾਡਾ ਨੈਗੇਟਿਵ ਪੱਖ ਵੀ ਤਾਂ ਖੜਾ ਕੀਤਾ ਨਾ। ਅੱਜ ਦਾ ਜਿਹੜਾ ਸਿੱਖ ਹੈ ਉਹ ਕਹਿੰਦਾ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਥਾ ਘਰ ਸੁਣ ਰਿਹਾ, ਮੈਂ ਕੀਰਤਨ ਸੁਣ ਰਿਹਾ, ਮੈਨੂੰ ਗੁਰਦੁਆਰੇ ਜਾਣ ਦੀ ਜ਼ਰੂਰਤ ਹੈ। ਤੁਸੀਂ ਕਰੋੜਾਂ ਰੁਪਏ ਲਾ ਦਿੱਤੇ, ਅਰਬਾਂ ਰੁਪਏ ਗੁਰਦੁਆਰੇ ਖੜੇ ਕਰਨ ਵਾਸਤੇ, ਲੇਕਿਨ ਅੱਜ ਗੁਰਦੁਆਰੇ ਖਾਲੀ ਪਏ। ਕੋਈ ਸਮਾਗਮ ਤੁਸੀਂ ਕਰ ਲਓ, ਤੁਹਾਡਾ 1 ਵਜੇ ਤੋਂ ਪਹਿਲਾਂ, 12 ਵਜੇ ਤੋਂ ਪਹਿਲਾਂ ਕਿੰਨੀ ਗਿਣਤੀ ਹੁੰਦੀ ਹੈ। ਕਈ ਥਾਵਾਂ ਦੇ ਉੱਤੇ ਆਸਾ ਦੀ ਵਾਰ ਦੇ ਵੇਲੇ ਤੁਸੀਂ ਜਾ ਕੇ ਵੇਖੋ ਕਿ ਇਕੱਲੇ ਹੀ ਜਾਂ ਤਾਂ ਤਾਬਿਆ ਬੈਠਣ ਵਾਲਾ ਹੋਏਗਾ ਜਾਂ ਫਿਰ 3 ਰਾਗੀ ਸਿੰਘ ਹੋਣਗੇ। ਇਹ ਸਾਨੂੰ ਸੋਚਣ ਦੀ ਜ਼ਰੂਰਤ ਹੈ। ਮੈਂ ਕਈ ਵਾਰੀ ਹਰ ਰੋਜ਼ ਜਿੱਥੇ ਵੀ ਜਾਂਦਾ ਇਹ ਗੱਲ ਕਰਦਾ ਵੀ ਦੇਖੋ ਹੁਣ ਕਰੋਨਾ ਚੱਲ ਰਿਹਾ, ਸਾਡਾ ਅਲਾਰਮ ਨਿਕਲਿਆ ਪਿਆ, ਅਸੀਂ ਸਕੂਲਾਂ 'ਚ ਪ੍ਰਿੰਸੀਪਲ ਨੂੰ ਫੋਨ ਕਰਦੇ ਹਾਂ, ਟੀਚਰਾਂ ਨੂੰ ਫੋਨ ਕਰਦੇ, ਕਦੋਂ ਬੁਲਾਓਗੇ ਸਾਡੇ ਬੱਚਿਆਂ ਨੂੰ? ਹਾਲਾਂਕਿ ਘਰ ਦੇ ਵਿੱਚ ਮਾਂ ਪੜ੍ਹੀ ਲਿਖੀ ਹੈ, ਬਾਪ ਪੜ੍ਹਿਆ ਲਿਖਿਆ, ਪ੍ਰਿੰਸੀਪਲ ਹੋਵੇ, ਡਾਕਟਰ ਹੋਵੇ, ਇੰਜੀਨੀਅਰ ਹੋਵੇ, ਉਹ ਆਪਣੇ ਬੱਚੇ ਨੂੰ ਹੋ ਸਕਦਾ ਉਹਦੇ ਨਾਲ ਚੰਗੀ ਤਰ੍ਹਾਂ ਪੜ੍ਹਾ ਰਿਹਾ ਹੋਵੇ, ਟੀਚਰ ਤੋਂ ਜ਼ਿਆਦਾ ਕੁਆਲੀਫਾਈਡ ਹੋਵੇ, ਪੜ੍ਹਾ ਤਾਂ ਰਿਹਾ ਲੇਕਿਨ ਬੱਚੇ ਨੂੰ ਪੜ੍ਹਾਉਣਾ ਸ਼ੁਰੂ ਕਰਦਾ ਮੋਢਿਆਂ 'ਤੇ ਬਹਿ ਜਾਂਦਾ, ਕਾਪੀ ਚੁੱਕ ਕੇ ਸੁਣਦਾ ਪਰੇ ਚਲੇ ਜਾਂਦਾ। ਕਿਉਂਕਿ ਜੋ ਡਿਸਿਪਲਨ, ਜੋ ਅਨੁਸ਼ਾਸਨ ਉਹਨੂੰ ਕਲਾਸ ਵਿੱਚ ਪੈਦਾ ਹੋਣਾ ਉਹ ਨਹੀਂ ਪੈਦਾ ਹੋਣਾ। ਸਿੱਖ ਕਥਾ ਸੁਣ ਰਿਹਾ, ਲੱਤਾਂ ਵਸਾਰ ਕੇ ਸੁਣ ਰਿਹਾ, ਨੰਗੇ ਸਿਰ ਸੁਣ ਰਿਹਾ, ਬੇਇਸ਼ਨਾਨਾ ਹੀ ਸੁਣ ਰਿਹਾ, ਬੇਧਿਆਨਾ ਸੁਣ ਰਿਹਾ, ਲੇਕਿਨ ਇੱਕ ਦੂਜੇ ਦੇ ਨਾਲ ਬੈਠਣ ਦਾ ਤਰੀਕਾ ਦੇਖੋ ਨਾ। ਜਿਹੜੀ ਗੱਲ ਅੱਜ ਜਾਤਾਂ ਪਾਤਾਂ ਦੀ ਸਾਡੇ 'ਚ ਖੜੀ ਹੋਈ ਹੈ, ਸਿੱਖਾਂ ਨੂੰ ਤਾਂ ਅੱਜ ਤੱਕ ਇੰਨਾ ਹੀ ਨਹੀਂ ਪਤਾ ਲੱਗ ਸਕਿਆ ਵੀ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਜ਼ਰ ਤੇਰੀ ਬਖਸ਼ਿਸ਼। ਰੱਬ ਦਾ ਸਿਮਰਨ ਵੀ ਕਰਦੇ ਹੈ, ਰੱਬ ਦੀ ਪੂਜਾ ਵੀ ਕਰਦੇ ਹੈ, ਤੇ ਉਹਦੀ ਬਖਸ਼ਿਸ਼ ਦਾ ਇੱਕੋ ਹੀ ਸਾਧਨ ਹੈ, ਗਰੀਬਾਂ ਦੀ ਸੰਭਾਲ, ਗਰੀਬਾਂ ਦਾ ਸਹਿਯੋਗ। ਜਿੱਥੇ ਨੀਚ ਸੰਭਾਲੀਆਂ ਤਿੱਥੇ ਨਜ਼ਰ ਤੇਰੀ ਬਖਸ਼ਿਸ਼। ਜੇ ਸਾਨੂੰ ਇਹ ਸਮਝ ਲੱਗੀ ਹੋਵੇ ਅਸੀਂ ਕਿਉਂ ਕਰੀਏ ਵੀ ਕਿਸੇ ਦਾ ਬਾਪ ਮਰਿਆ ਹੋਵੇ ਤੇ ਉਹਨੂੰ ਭਾਂਡੇ ਦੇਣ ਵਾਸਤੇ ਤਿਆਰ ਨਹੀਂ ਗੁਰਦੁਆਰਾ, ਉਹਨੂੰ ਬਿਸਤਰੇ ਦੇਣ ਵਾਸਤੇ ਤਿਆਰ ਨਹੀਂ ਗੁਰਦੁਆਰਾ, ਉਹਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਕਈ ਥਾਵਾਂ 'ਤੇ ਦੇਣ ਵਾਸਤੇ ਤਿਆਰ ਨਹੀਂ ਗੁਰਦੁਆਰਾ। ਇਹ ਅੱਜ ਦੇ ਹਾਲਾਤ ਸਾਡੇ ਸਾਹਮਣੇ ਹੈ, ਪ੍ਰੈਕਟੀਕਲੀ ਹੈ, ਜਿਹਨੂੰ ਅੱਜ ਸਵਾਰਨ ਦੀ ਜ਼ਰੂਰਤ ਹੈ। ਕਿਉਂਕਿ ਜਦੋਂ ਤੱਕ ਇਹ ਨੁਕਤਾ ਅਸੀਂ ਨਹੀਂ ਸਮਝਦੇ, ਮੈਂ ਇੱਕ ਹੋਰ ਗੱਲ ਸਾਂਝੀ ਕਰਾਂ ਤੁਹਾਡੇ ਨਾਲ ਇਸੇ ਸੰਬੰਧ ਵਿੱਚ, ਜਿਵੇਂ ਧਾਰੋਵਾਲ ਜੀ ਦੀ ਗੱਲ ਕੀਤੀ ਹੈ, ਜਦੋਂ ਖਾਲਕੂਆਂ ਨੇ ਗੁਰਦੁਆਰੇ ਇੱਕ ਰਾਣ ਦਾ ਯਤਨ ਕੀਤਾ ਨਾ, ਸ਼ਾਇਦ ਮੇਰੇ ਹਾਣੀਆਂ ਨੂੰ ਪਤਾ ਹੋਵੇ, ਸਵਰਨ ਸਿੰਘ ਪੱਟੀ ਨੇ ਖਾਲਕੂਆਂ ਦੇ ਨਾਂ 'ਤੇ ਚਿੱਠੀ ਲਿਖੀ ਸੀ। ਉਸ ਚਿੱਠੀ ਦੇ ਵਿੱਚ ਉਹਨੇ ਜ਼ਿਕਰ ਕੀਤਾ, ਕਹਿੰਦਾ ਸਾਡਾ ਸਫ਼ਰ ਭਾਈ ਜੈਤਾ ਜੀ ਤੋਂ ਲੈ ਕੇ ਬਿਆਨ ਸਿੰਘ ਤੱਕ ਹੈ, ਸ਼ਹੀਦੀਆਂ ਦਾ ਦੌਰ ਜਿਹੜਾ, ਤੁਸੀਂ ਦੱਸੋ ਸਾਡੇ ਨਾਲ ਕੀ ਕੀਤਾ, ਸਾਡੇ ਕੋਲ ਕੋਈ ਜਵਾਬ ਹੈ, ਕੌਮ ਕੋਲ ਕੋਈ ਜਵਾਬ ਹੈ? ਭਾਈ ਜੈਤਾ ਜੀ ਤੋਂ ਲੈ ਕੇ ਬੇਅੰਤ ਸਿੰਘ ਜੀ ਤੱਕ ਦਾ ਸਫ਼ਰ ਹੈ ਕਹਿੰਦਾ ਸਾਡਾ। ਹੁਣ ਤੁਸੀਂ ਗੁਰਦੁਆਰੇ ਇੱਕ ਕਰਾ ਰਹੇ ਹੋ, ਚੰਗੀ ਗੱਲ ਹੈ, ਬਹੁਤ ਵਧੀਆ ਗੱਲ ਹੈ, ਲੇਕਿਨ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਜ਼ਰ ਤੇਰੀ ਬਖਸ਼ਿਸ਼। ਜੇ ਆਪਾਂ ਇੱਕ ਦੀ ਗੱਲ ਕਰਦੇ ਹਾਂ ਵੀ ਉਦੋਂ ਕੌਮ ਨਾਲ ਖੜੀ ਹੋ ਗਈ, ਔਰ ਗੁਰੂ ਸਾਹਿਬ ਨੇ ਹੁਕਮ ਵੀ ਬਖਸ਼ਿਸ਼ ਦਿੱਤਾ, ਨਿਗੁਣਿਆਂ ਨੂੰ ਆਪੇ ਬਖਸ਼ਦਾ ਭਾਈ, ਉਹ ਸਾਰਾ ਕੁਝ ਗੁਰੂ ਦੇ ਹੁਕਮ ਵਿੱਚ ਹੋ ਗਿਆ, ਲੇਕਿਨ ਅੱਜ ਕਿੰਨੇ ਲੋਕ ਨੇ ਜਿਹੜੇ ਉਹਨਾਂ ਦੇ ਨਾਲ ਖੜਨ ਵਾਸਤੇ ਤਿਆਰ ਨੇ, ਜਿਹੜੇ ਉਹਨਾਂ ਦੇ ਨਾਲ ਹੈਲਪਫੁਲ ਬਣਨ ਵਾਸਤੇ ਤਿਆਰ ਨੇ, ਹੈਲਪਫੁਲ ਹੋਣ ਵਾਸਤੇ ਤਿਆਰ ਨੇ। ਇਸ ਕਰਕੇ ਸਾਨੂੰ ਇਹ ਸੋਚਣ ਦੀ ਜ਼ਰੂਰਤ ਹੈ, ਕਰਨ ਦੀ ਜ਼ਰੂਰਤ ਹੈ, ਤਾਂ ਕਿ ਜੇ ਅੱਜ ਨੂੰ ਸੰਭਾਲਾਂਗੇ ਨਾ ਤਾਂ ਉਹ ਕੱਲ੍ਹ ਬਣੇਗਾ, ਆਉਣ ਵਾਲਾ ਭਵਿੱਖ ਸਾਡਾ ਤਾਂ ਉਜਲਾ ਹੋ ਸਕੇਗਾ। ਔਰ ਇਹਦੇ ਨਾਲ ਸਾਨੂੰ ਫਿਰ ਧਿਆਨ ਦੇਣਾ ਪਵੇਗਾ, ਇੱਕ ਤਾਂ ਸਾਡੇ ਆਪਣੇ ਘਰ ਵੱਲ, ਕਿ ਉੱਥੇ ਸਿੱਖੀ ਦਾ ਮਾਹੌਲ ਪੈਦਾ ਕੀਤਾ ਜਾਏ। ਕਈ ਵਾਰੀ ਆਪਾਂ ਸੋਚਦੇ ਹਾਂ ਵੀ ਦੇਖੋ ਗੁਰਬਾਣੀ ਜੇ ਘਰ 'ਚ ਚੱਲ ਰਹੀ ਹੈ, ਕੋਈ ਸ਼ਬਦ ਚੱਲ ਰਿਹਾ, ਉਹਦਾ ਕੋਈ ਮਾਹੌਲ ਦੇ ਉੱਤੇ ਫਰਕ ਪੈਂਦਾ? ਮੈਂ ਕਹਿੰਦਾ ਜੇ ਸਕੂਲ ਜਾਂਦੇ ਹਾਂ, ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਅਸੀਂ ਪੜ੍ਹੇ ਹਾਂ, ਘਰ 'ਚ ਰਹਿ ਕੇ ਸਾਨੂੰ ਉਹ ਮਾਹੌਲ ਪ੍ਰਾਪਤ ਨਹੀਂ ਹੋ ਸਕਦਾ। ਜੋ ਕੁਝ ਉੱਥੋਂ ਦਾ ਵਾਤਾਵਰਣ ਹੈ ਉਹਦਾ ਮਾਹੌਲ ਦੇ ਉੱਤੇ ਅਸਰ ਹੈ। ਜੇ ਘਰ ਵਿੱਚ ਮਾਂ ਬਾਪ ਗੁਰਬਾਣੀ ਪੜ੍ਹਨ ਵਾਲੇ ਨੇ, ਗੁਰਬਾਣੀ ਨੂੰ ਸਮਝਣ ਵਾਲੇ ਨੇ, ਉੱਥੋਂ ਮੁੜ ਨੂੰ ਹੱਥ ਪਾਉਣਾ ਪਏਗਾ। ਔਰ ਉਸ ਦੂਸਰੇ ਨੰਬਰ ਦੇ ਉੱਤੇ ਆਪਣੇ ਸਕੂਲ, ਆਪਣੇ ਕਾਲਜ, ਇਹਦੇ ਵੱਲ ਧਿਆਨ ਦਿਓ। ਫਿਰ ਤੀਸਰੇ ਨੰਬਰ ਦੇ ਉੱਤੇ ਸਾਡੇ ਜੋ ਗੁਰਦੁਆਰੇ ਨੇ ਉਹਨਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ, ਕਿ ਸਾਨੂੰ ਮਰਜ਼ਾਦਾ ਇੱਕ ਕਰਨ ਦੀ ਗੱਲ, ਉਹਦੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।
क्योंकि आज सानू पूरे विश्वव्यापी सोच लेके सोचने की जरूरत है, क्योंकि आज सिख दुनिया के कोने कोने में जाके बैठा है, लेकिन जदों ये सोचेंगे कि साडा वोट बैंक इस दायरे तक है, दूजे सोचेंगे इस दायरे तक है, जम्मू वाले सोचेंगे साडा इस दायरे तक है, उदों तक गल नहीं बननी।